ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਆਏ ਹਾਂ ਲਾਲ ਕਿਲ੍ਹਾ ਦੇਖਣ ਇਹ ਹੈ ਉਹਦਾ ਗੇਟ ਨੰਬਰ 2 ਚੱਲਦੇ ਹਾਂ ਤੇ ਤੁਹਾਨੂੰ ਵਿਜ਼ਿਟ ਕਰਾਉਂਦੇ ਹਾਂ ਲਾਲ ਕਿਲ੍ਹੇ ਦੀ ਜੀ ਰੈੱਡ ਫੋਰਟ ਦੀ ਇਸ ਸਾਈਡ ਉੱਪਰ ਟਿਕਟ ਕਾਊਂਟਰ ਬਣਿਆ ਹੋਇਆ ਜਿੱਥੋਂ ਤੁਸੀਂ ਟਿਕਟ ਲੈ ਸਕਦੇ ਹੋ ਬਟ ਸਾਡੀ ਰਿਕੁਐਸਟ ਹੈ ਕਿ ਤੁਸੀਂ ਆਪਣੀ ਟਿਕਟ ਔਨਲਾਈਨ ਹੀ ਬੁੱਕ ਕਰੋ ਅਗਰ ਟਿਕਟ ਪ੍ਰਾਈਸ ਦੀ ਗੱਲ ਕੀਤੀ ਜਾਵੇ ਤਾਂ ਇੱਥੋਂ ਦਾ ਟਿਕਟ ਪ੍ਰਾਈਸ 35 rupees ਹੈ ਅਗਰ ਤੁਸੀਂ ਰੈੱਡ ਫੋਰਟ ਦੇ ਨਾਲ ਮਿਊਜ਼ੀਅਮ ਵੀ ਦੇਖਣਾ ਚਾਹੁੰਦੇ ਹੋ ਤਾਂ ਉਹਦੀ ਟਿਕਟ 56 rupees ਪਰ ਪਰਸਨ ਹੈ ਅੱਜ ਨਾ ਰੈੱਡ ਫੋਰਟ ਦੇ ਵਿੱਚ ਰਸ਼ ਆ ਬਹੁਤ ਜ਼ਿਆਦਾ ਉਹ ਰਸ਼ ਆ ਵੀ ਅੱਜ ਈਦ ਦਾ ਪਵਿੱਤਰ ਦਿਨ ਆ ਸਾਡੇ ਮੁਸਲਮਾਨ ਭਾਈਚਾਰੇ ਵੱਲ ਦਾ ਹੀ ਤਿਉਹਾਰ ਅੱਜ ਈਦ ਸਾਰੇ ਜਣੇ ਮਨਾ ਰਹੇ ਨੇ ਉਹਦੇ ਕਰਕੇ ਰਸ਼ ਅੱਜ ਬਹੁਤ ਜ਼ਿਆਦਾ ਆਇਆ ਆਮ ਦਿਨਾਂ ਦੇ ਵਿੱਚ ਇੰਨਾ ਰਸ਼ ਨਹੀਂ ਹੁੰਦਾ ਹੈਗਾ ਦੇਖੋ ਕਿੰਨਾ ਰਸ਼ ਆ ਕਿਲ੍ਹੇ ਦੇ ਉੱਪਰ ਆਪਣੇ ਦੇਸ਼ ਦਾ ਨੈਸ਼ਨਲ ਫਲੈਗ ਟ੍ਰਾਈ ਕਲਰ ਲਹਿਰਾ ਰਿਹਾ ਹੁਣ ਕਰ ਰਹੇ ਹਾਂ ਜੀ ਆਪਾਂ ਐਂਟਰੀ ਲਾਲ ਕਿਲ੍ਹੇ ਦੇ ਅੰਦਰ ਆਓ ਚੱਲਦੇ ਹਾਂ ਜੀ ਇੱਥੇ ਚੈਕਿੰਗ ਹੁੰਦੀ ਹੈ ਸਭ ਤੋਂ ਪਹਿਲਾਂ ਫਿਰ ਤੁਹਾਨੂੰ ਐਂਟਰੀ ਦਿੰਦੇ ਨੇ ਆਓ ਚੱਲਦੇ ਹਾਂ ਅੰਦਰ ਨੂੰ ਕਰਦੇ ਹਾਂ ਚੈਕਿੰਗ ਹੁਣ ਅਸੀਂ ਐਂਟਰ ਕਰ ਗਏ ਜੀ ਰੈੱਡ ਫੋਰਟ ਦੇ ਅੰਦਰ ਆਓ ਅੰਦਰ ਨੂੰ ਚੱਲਦੇ ਹਾਂ ਮੈਂ ਨਾ ਆਪਣੀ ਜ਼ਿੰਦਗੀ 'ਚ ਅੱਜ ਪਹਿਲੀ ਵਾਰ ਰੈੱਡ ਫੋਰਟ ਦੇ ਅੰਦਰ ਐਂਟਰ ਹੋਇਆ ਹਾਂ ਦਿੱਲੀ ਕਈ ਵਾਰ ਆਏ ਹਾਂ ਪਰ ਕਦੇ ਸਵਾਦ ਵੀ ਨਹੀਂ ਲੱਗੇ ਇੱਥੇ ਆਉਣ ਦਾ ਅੱਜ ਮੈਂ ਅਤੇ ਮੇਰਾ ਸਪਰੀ ਦਾ ਸਾਡਾ ਪੂਰਾ ਮੂਡ ਸੀ ਵੀ ਅੱਜ ਆਪਾਂ ਜਾਵਾਂਗੇ ਨਾਲੇ ਆਪ ਦੇਖਾਂਗੇ ਰੈੱਡ ਫੋਰਟ ਨਾਲੇ ਆਪਣੇ ਚਾਹੁਣ ਵਾਲੇ ਦਰਸ਼ਕਾਂ ਨੂੰ ਦਿਖਾਵਾਂਗੇ ਜ਼ਰੂਰ ਇਸ ਲਈ ਅੱਜ ਅਸੀਂ ਆਏ ਹਾਂ ਜੀ ਰੈੱਡ ਫੋਰਟ ਦੇਖਣ ਸਾਡੀ ਵੀਡੀਓ ਨੂੰ ਪੂਰੀ ਜ਼ਰੂਰ ਦੇਖਿਓ ਲਾਸਟ ਤੱਕ ਦੇਖਿਓ ਇੱਥੇ ਕਾਫੀ ਫੋਰਨਰ ਵੀ ਆਏ ਹੋਏ ਨੇ ਚਲੋ ਚੱਲਦੇ ਹਾਂ ਅੰਦਰ ਨੂੰ ਰੈੱਡ ਫੋਰਟ ਦੇਖਣ ਜੇਕਰ ਤੁਹਾਨੂੰ ਵੀਡੀਓ ਪਸੰਦ ਆ ਰਹੀ ਹੈ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਸਬਸਕ੍ਰਾਈਬ ਕਰ ਦਿਓ ਜਿਸ ਨਾਲ ਸਾਨੂੰ ਮੋਟੀਵੇਸ਼ਨ ਮਿਲਦਾ ਰਹੇ ਇਹ ਲਾਲ ਕਿਲ੍ਹੇ ਦਾ ਸੈਕੰਡ ਡੋਰ ਆ ਜੀ ਦਰਵਾਜ਼ਾ ਸੈਕੰਡ ਦੂਜਾ ਦਰਵਾਜ਼ਾ ਆ ਇਹ ਗੱਲ ਦੇਖੋ ਤੁਸੀਂ ਤੁਹਾਡਾ ਤਾਜ ਮਹਿਲ ਵਾਲਾ ਬਲੌਗ ਵੀ ਤੁਸੀਂ ਦੇਖਿਆ ਹੋਣਾ ਜੇ ਨਹੀਂ ਦੇਖਿਆ ਤਾਂ ਉਹ ਵੀ ਦੇਖਿਓ ਜਿੰਨੇ ਵੀ ਉਹਦੇ ਵਿੱਚ ਵੀ ਦਰਵਾਜ਼ੇ ਆਉਂਦੇ ਨੇ ਉਹਨਾਂ ਨੂੰ ਕੋਈ ਗੇਟ ਨਹੀਂ ਹੈਗਾ ਅਤੇ ਲਾਲ ਕਿਲ੍ਹੇ ਦੇ ਵਿੱਚ ਵੀ ਜਿਹੜੇ ਆਉਂਦੇ ਨੇ ਦਰਵਾਜ਼ੇ ਇਹਨਾਂ ਨੂੰ ਵੀ ਕੋਈ ਗੇਟ ਨਹੀਂ ਹੈਗਾ ਇੱਧਰ ਜੀ ਮਾਰਕੀਟਸ ਬਣੀਆਂ ਹੋਈਆਂ ਨੇ ਜੇਕਰ ਤੁਸੀਂ ਕੋਈ ਸਮਾਨ ਖਰੀਦਣਾ ਹੋਵੇ ਤਾਂ ਇੱਧਰੋਂ ਖਰੀਦ ਸਕਦੇ ਹੋ ਇਹ ਆ ਗਿਆ ਜੀ ਥਰਡ ਗੇਟ ਰੈੱਡ ਫੋਰਟ ਦਾ ਆਓ ਚੱਲਦੇ ਹਾਂ ਅੰਦਰ ਨੂੰ ਬਣੇ ਰਹੋ ਸਾਡੇ ਨਾਲ ਆਹ ਗੇਟ ਲੰਘਣ ਤੋਂ ਬਾਅਦ ਨਾ ਦੇਖੋ ਪਿੰਡਾਂ ਖੁੱਲ੍ਹਾ ਗਲਿਆਰਾ ਜਿਹਾ ਆ ਗਿਆ ਸੱਤਾ ਚੌਂਕ ਹੈ ਅੰਦਰ ਜੀ ਮਿਊਜ਼ੀਅਮ ਬਣਿਆ ਹੋਇਆ ਗਲਿਆਰੇ 'ਚ ਕਾਫੀ ਸਿਟਿੰਗ ਏਰੀਆ ਬਣਿਆ ਹੋਇਆ ਤੁਸੀਂ ਆਰਾਮ ਨਾਲ ਇੱਥੇ ਬੈਠ ਕੇ ਲਾਲ ਕਿਲ੍ਹੇ ਦੇ ਵਿਊਜ਼ ਦਾ ਇੰਜੋਏ ਕਰ ਸਕਦੇ ਹੋ ਜੀ ਦੇਖੋ ਕਾਫੀ ਦਰਖਤ ਲੱਗਿਆ ਹੋਇਆ ਪੂਰੀ ਗ੍ਰੀਨਰੀ ਹੈ ਰੈੱਡ ਫੋਰਟ ਦੇ ਅੰਦਰ ਕਿਲ੍ਹੇ ਦੇ ਨਾ ਜਦੋਂ ਆਪਾਂ ਬਾਹਰੋਂ ਦੇਖਦੇ ਹਾਂ ਤਾਂ ਇੱਦਾਂ ਲੱਗਦਾ ਜਿਵੇਂ ਸਾਹਮਣੇ ਬਸ ਗੇਟ ਜਿਹਾ ਬਣਿਆ ਹੋਇਆ ਵੀ ਅੰਦਰ ਛੋਟੀ ਜਿਹੀ ਹੋਣੀ ਆ ਇਹ ਅੰਦਰੋਂ ਪਰ ਆਪਾਂ ਜਦੋਂ ਅੰਦਰ ਐਂਟਰ ਹੁੰਦੇ ਹਾਂ ਐਂਟਰ ਹੋ ਕੇ ਪਤਾ ਲੱਗਦਾ ਵੀ ਅੰਦਰ ਤਾਂ ਬਹੁਤ ਖੁੱਲ੍ਹਾ ਆ ਇਹ ਦੇਖੋ ਤੁਸੀਂ ਦੂਰ ਦੂਰ ਤੱਕ ਨਿਗਾਹ ਮਾਰੋ ਬਹੁਤ ਖੁੱਲ੍ਹਾ ਆ ਅੰਦਰੋਂ ਪੂਰੇ ਦਰਖਤ ਲੱਗੇ ਹੋਏ ਨੇ ਛਾਵੇਂ ਲੋਕ ਬੈਠੇ ਨੇ ਆਰਾਮ ਕਰ ਰਹੇ ਨੇ ਜਦੋਂ ਥੱਕ ਜਾਂਦਾ ਬੰਦਾ ਥੋੜ੍ਹੀ ਦੇਰ ਬੈਠ ਸਕਦਾ ਆ ਉਰੇ ਇਹ ਆ ਜੀ ਨੌਬਤ ਖਾਨਾ
आ जाओ ये अंदर भी आप एंटर होंगे देखते हैं ये अंदरों भी जी आप छुट्टियां दिनों च अपने बच्चों नाल जरूर आना चाहिए आ दिल्ली च बहुत जगह ने घूमने वाली जड़ी आप घूम सकते हैं। एक आ गया दरवाजा जी आप अंदर एंटर हो गए हूँ तुम देखो एक गल गेट किसी भी है नहीं बिना दरवाजे वाले ने जिन्हें भी ने कोई भी दरवाजा नहीं है किसी को लग्या होया हूँ ना जून दियाँ लास्ट तरीक चल रही ने असं लास्ट तरीकों के आए हैं जून के गर्मी है जानी बहुत ज़्यादा पंजाब भी दिल्ली भी गर्मी है ना पर जो आप अंदर एंटर होंने लाल किले के ये गलियारे चो जो लंघ रहे हैं असी ना ये ठंडक महसूस होंगी है क्योंकि दरख्त बहुत ज़्यादा लग्या होया आ ठंडी हवा आँदी आ जानी बड़ा महसूस नहीं होंगे गा गर्मी बहुत आनंद आ अंदर जरूर आयो अपने बच्चों नाल वेकेशन दे विच जी दीवाने आम शाहजहां का तख्त सीगा वो इस जगह के उत्ते बैठ के पब्लिक दियाँ शिकायतें सुनता सी जेकर तुसीं ताजमहल का साडा व्लॉग देखिया तो थोनू पता होएगा कि ताजमहल के एक वड्डे गेट के एंट्रेंस तो बाद एक बहुत ही खुला तो शांत गलियारा आ जाता है सेम लुक थोनू इत्थे देखण नू मिलेगी सामने देखो वड्डा गेट बनया उस तो बाद गलियारा आ गया तो फिर दोबारा एक बिल्डिंग बनी हुई है आओ जी हुण आपां विजिट करते हैं रंग महल बहुत सोहनी बिल्डिंग इहदी भी बनी हुई है अंदर एंट्री अलाउड नहीं सी इस करके आप अंदर नहीं जा सके अंदर नू बहुत बड़ा आ जानी कई किलोमीटर होना मेरे हिसाब नाल तां एडा बड़ा आ वो दूर दूर तक निगाह भी नहीं जाती इन्ना बड़ा आ बहुत बड़ा आ पर ग्रीनरी बहुत आ जी बहुत दरख्त लगे हुए ने लोग बैठे ने शामे आनंद नाल इंजॉय कर रहे ने जी रेड फोर्ट के अंदर काफ़ी मोन्यूमेंट्स भी बने हुए हैं जिन्हों के एक है सावन और भादो मंडप काफ़ी सोहनी ये भी बिल्डिंग बनी हुई है देखो ये भी जी रेड फोर्ट के विच जफर महल बनया होया ये आले दुआले देखो उस समय ना पानी छड़िया हुंदा सीगा भी कोई भी ये विच एंटर ना हो सके देखो तुसीं कितना वधिया बनाया सी जगाड़ उदों इन्होंने आले दुआले पानी छड़ दिंदे सी विच हो जांदा सी नाले ठंडी हवा आउंदी सीगी जेकर तुसी कोई चीज़ खाना चाहो थोनू भुख लगे तो असी कैफेटेरिया वाल खा सकते हो कैफेटेरिया भी लाल किले च बनया होया जी लाल किले दी इस वीडियो नू इत्थे करदे आं खत्म जी थोनू साडी ये वीडियो किवें लगी कमेंट करके जरूर दस्यो वीडियो नू लाइक कर दियो ते चैनल नू सबसक्राइब करना ना भुल्यो जी फिर मिलदे आं जी किसी नवी जगह ते नवी वीडियो दे नाल जी जद तक लई जी बाय।